ਇੱਕ ਨਿਹੰਗ ਸਿੰਘ ਦੇ ਵੱਲੋਂ ਨੌਜਵਾਨ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਕਿਰਪਾਨ ਦੇ ਨਾਲ ਵਾਰ ਕੀਤੇ ਗਏ ਨੇ, ਪਹਿਲਾ ਵਾਰ ਸਿਰ ਤੇ ਫਿਰ ਵੱਖੀ ਦੇ ਵਿੱਚ ਵਾਰ ਕੀਤਾ ਗਿਆ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਨੌਜਵਾਨ ਨੇ ਦਮ ਤੋੜ ਦਿੱਤਾ। ਸੰਗਰੂਰ ਦੇ ਪਿੰਡ ਖਨਾਲ ਕਲਾਂ ਦੇ ਵਿੱਚ ਇਹ ਵਾਰਦਾਤ ਹੋਈ ਜਿਸ ਦਾ ਕਤਲ ਕੀਤਾ ਗਿਆ। ਉਸ ਨੌਜਵਾਨ ਦੀ ਪਿੰਡ ਖਨਾਲ ਕਲਾਂ ਦੇ ਵਿੱਚ ਏਸੀ ਫਰਿੱਜ ਦੀ ਰਿਪੇਅਰ ਦੀ ਦੁਕਾਨ ਸੀ ਔਰ ਪਿੰਡ ਦੇ ਹੀ ਇੱਕ ਨਿਹੰਗ ਸਿੰਘ ਦੇ ਵੱਲੋਂ ਇਸ ਨੌਜਵਾਨ ਦਾ ਕਤਲ ਕੀਤਾ ਗਿਆ। ਜਿਸ ਨੌਜਵਾਨ ਦਾ ਕਤਲ ਹੋਇਆ ਉਹ ਪਿੰਡ ਪੱਟੀ ਕਲਾਂ ਦਾ ਰਹਿਣ ਵਾਲਾ ਸੀ। ਤਾਂ ਮਾਮੂਲੀ ਬਹਿਸ ਤੋਂ ਬਾਅਦ ਨਿਹੰਗ ਸਿੰਘ ਦੇ ਵੱਲੋਂ ਕਿਰਪਾਨ ਦੇ ਨਾਲ ਇਸ ਨੌਜਵਾਨ ਤੇ ਵਾਰ ਕੀਤੇ ਗਏ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਨੌਜਵਾਨ ਨੇ ਦਮ ਤੋੜ ਦਿੱਤਾ। ਦੂਜੇ ਬੰਨੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਔਰ ਸੰਗਰੂਰ ਦੇ ਪਿੰਡ ਖਨਾਲ ਕਲਾਂ ਦੀ ਸਮੁੱਚੀ ਪੰਚਾਇਤ ਸਮੁੱਚਾ ਪਿੰਡ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਹੈ, ਜਿਨ੍ਹਾਂ ਦੇ ਵੱਲੋਂ ਆਰੋਪੀ ਨਿਹੰਗ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਪੁਲਿਸ ਦੇ ਵੱਲੋਂ ਲਾਸ਼ ਨੂੰ ਹਸਪੀਟਲ ਦੇ ਵਿੱਚ ਰਖਵਾਇਆ ਗਿਆ। ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ। 20 ਸਾਲ ਦਾ ਇਹ ਨੌਜਵਾਨ ਸੀ ਜਿਸ ਦਾ ਇੱਕ ਨਿਹੰਗ ਸਿੰਘ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਮਾਮੂਲੀ ਬਹਿਸ ਹੋਈ ਜਿਸ ਤੋਂ ਬਾਅਦ ਨਿਹੰਗ ਸਿੰਘ ਦੇ ਵੱਲੋਂ ਸਿਰ ਤੇ ਕਿਰਪਾਨ ਦੇ ਨਾਲ ਵਾਰ ਕੀਤਾ ਔਰ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਅਸੀਂ ਤਾਂ ਜੀਰੀ ਲਾਉਣ ਗਏ ਸੀ, ਸਵੇਰੇ ਆਪਦਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਸੀ ਜੀ, ਖਨਾਲ ਉਹਦੀ ਦੁਕਾਨ ਤੇ ਪਈ ਫਰਿੱਜ ਅਸੀਂ ਸਮਾਰਦਾ ਸੀ, ਸਵੇਰੇ ਜਾਂਦਾ ਸੀ ਸ਼ਾਮ ਨੂੰ ਘਰੇ ਆਉਂਦਾ ਸੀ। ਅੱਜ ਦੇਖੋ ਜੀ, ਉਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ। ਅਸੀਂ ਤਾਂ ਜੀਰੀ ਲਾਉਂਦੇ ਤੇ ਮੈਨੂੰ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐਂ ਕਰਕੇ ਗੱਲ ਹੋ ਗਈ। ਅਸੀਂ ਉੱਥੇ ਆਪਦਾ ਕੰਮ ਜਿੱਥੇ ਅਸੀਂ ਕਰ ਰਹੇ ਤੇ ਉੱਥੇ ਕੰਮ ਛੱਡ ਕੇ ਅਸੀਂ ਆਪਦੇ ਘਰੇ ਆਏ ਜੀ, ਤਾਂ ਅਸੀਂ ਉਰੇ ਪਹੁੰਚੇ ਹਾਂ। ਹਾਲੇ ਸਾਨੂੰ ਤਾਂ ਅੰਦਰ ਵੀ ਨਹੀਂ ਜਾਣ ਦਾ, ਸਾਡੇ ਬੱਚਿਆਂ ਨੂੰ ਤਾਂ ਸਾਨੂੰ ਇਹੀ ਨਹੀਂ ਪਤਾ ਵੀ ਮੇਰਾ ਬੱਚਾ ਹੈਗਾ ਕਿ ਨਾ ਹੈਗਾ, ਸਾਹਾਂ 'ਤੇ ਹੈ ਕਿ ਸਾਹ ਪੂਰੇ ਹੋ ਗਏ, ਦੇਖ ਮੈਨੂੰ ਨਹੀਂ ਪਤਾ ਜੀ। ਪਤਾ ਲੱਗਿਆ ਕਿ ਮ੍ਰਿਤਕ ਹੋ ਗਈ, ਉਹਨਾਂ ਦੀ ਮੌਤ ਹੋ ਚੁੱਕੀ ਹੈ? ਫਿਰ ਮੈਨੂੰ ਤਾਂ ਪਤਾ ਵੀ ਨਹੀਂ ਹਾਲੇ, ਮੈਂ ਤਾਂ ਹਾਲੇ ਆ ਕੇ ਮੈਂ ਤਾਂ ਅੰਦਰ ਗਿਆ ਵੀ ਨਹੀਂ, ਹਾਲੇ ਮੈਨੂੰ ਤਾਂ ਅੰਦਰ ਜਾਣ ਵੀ ਨਹੀਂ ਦਿੱਤਾ। ਕੀ ਕਾਰਵਾਈ ਦੀ ਮੰਗ ਹੈ? ਕਾਰਵਾਈ ਤਾਂ ਹੁਣ ਦੇਖੋ ਜੀ, ਹੁਣ ਤਾਂ ਸਰਕਾਰ ਨੂੰ ਹੁਣ ਕੀ ਮੈਂ ਹੁਣ ਮੈਂ ਇੱਕ ਕੀ ਕਹਾਂ ਜੀ, ਉਹਦਾ ਪਿਓ ਇਨਸਾਫ ਉਹਨੂੰ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ। ਡਾਕਟਰ ਸੁਨੀਤਾ ਸਿੰਗਲਾ, ਇੱਕ ਬਰੋਡਹੈੱਡ ਸੀਗਾ, ਇੱਕ ਗੁਰਦਰਸ਼ਨ ਸਿੰਘ ਬਰੋਡਹੈੱਡ ਆਇਆ, ਉਹ ਆਇਆ ਆਲਮੋਸਟ 7 ਵਜੇ ਅਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ, ਪਰ ਸਾਡੇ ਕੋਲ ਬਰੋਡਹੈੱਡ ਸੀ, ਅਸੀਂ ਇਮੀਡੀਏਟਲੀ ਮੋਰਚਰ 'ਚ ਸ਼ਿਫਟ ਕਰਤਾ, ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣ। ਅਤੇ ਜੋ ਅੱਜ ਇੱਕ ਘਟਨਾ ਵਾਪਰੀ ਹੈ ਸਾਡੇ ਪਿੰਡ ਦੇ ਵਿੱਚ, ਮਾੜੀ ਘਟਨਾ ਵਾਪਰੀ ਹੈ। ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ, ਸਾਡੇ ਲਾਗੇ ਪਿੰਡ ਆ ਪੱਟੀਵਾਲ ਉੱਥੋਂ ਦੇ, ਅਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨਿਹੰਗ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ, ਅਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜ੍ਹਾ ਅਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਅਤੇ ਬੱਖੀ 'ਚ ਕਿਰਪਾਨ ਮਾਰੀ। ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹੋਸਪਿਟਲ, ਅਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਅਤੇ ਉਹ ਡੈੱਡ ਹੋ ਗਿਆ ਮੁੰਡਾ। ਕਿੰਨੀ ਉਮਰ ਸੀ ਮੁੰਡੇ? ਨਹੀਂ, ਮੈਂ 20 ਸਾਲ ਦਾ ਮੁੰਡਾ ਸੀਗਾ। ਅਸੀਂ ਤਾਂ ਮੰਗੇ ਹੀ ਕਰਦੇ ਹਾਂ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ। ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ
ਕੋਈ ਲੜਾਈ ਝਗੜਾ ਹੋ ਰਿਹਾ ਸੀ, ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉੱਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉੱਥੋਂ ਪਿੰਡ ਦੇ ਲੋਕ। ਬਾਅਦ 'ਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ 'ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ 'ਚੋਂ ਕੋਈ ਲੜਕਾ ਹੈਗਾ, ਉਹਨੇ ਕਿਰਪਾਨ ਨਾਲ ਉਹਦੇ ਸੱਟਾਂ ਮਾਰੀਆਂ ਨੇ। ਅਤੇ ਹੁਣ ਸਾਨੂੰ ਹੁਣੇ 10-15 ਮਿੰਟ ਪਹਿਲਾਂ ਰੁਕਾ ਆ ਗਿਆ, ਉਹਦੀ ਉੱਥੇ ਦੌਰਾਨੇ ਇਲਾਜ ਡੈਥ ਹੋ ਗਈ ਹੈ। ਇਹ ਘਟਨਾ ਵਾਪਰੀ ਹੈ ਅਤੇ ਬਾਕੀ ਅੱਗੇ ਤਫਤੀਸ਼ ਜਾਰੀ ਹੈ। ਜਿਹੜਾ ਵਿਅਕਤੀ ਜਿਹਨੇ ਕੀਤਾ ਜੀ ਇਹ, ਉਹਦਾ ਕੀ ਨਾਮ ਹੈ ਜੀ? ਜਿਹੜਾ ਉਹ ਜਿਹਨੇ ਕੀਤਾ ਉਹ ਬਿੱਟੂ ਸਿੰਘ, ਅਜੇ ਮੁੱਢਲੀ ਤਫਤੀਸ਼ 'ਚ ਬਿੱਟੂ ਸਿੰਘ ਉਹਦਾ ਨਾਂ ਸਾਹਮਣੇ ਆ ਰਿਹਾ। ਬਾਕੀ ਅੱਗੇ ਜਿੱਦਾਂ ਵੀ ਉੱਥੇ ਮੌਕੇ 'ਤੇ ਪਤਾ ਲੱਗੂ, ਪਰਿਵਾਰ ਵਾਲੇ ਦੱਸਣਗੇ, ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇ। ਹਾਂ ਇਹਨਾਂ ਨਹੀਂ ਅਜੇ ਕੁਛ ਇੰਨਾ ਕਲੀਅਰ ਨਹੀਂ, ਕਲੀਅਰ ਹੋ ਜੂਗਾ ਅਸੀਂ ਜਦੋਂ ਹੁਣ ਪਰਿਵਾਰ ਦੇ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਐਫ ਆਈ ਆਰ ਦੇਵਾਂਗੇ, ਅਤੇ ਕੁਛ ਸਭ ਚੀਜ਼ਾਂ ਅੱਗੇ ਤਫਤੀਸ਼ ਦੇ ਦੌਰਾਨ ਕਲੀਅਰ ਹੋ ਜਾਣਗੀਆਂ। ਜਿਹੜਾ ਵਿਅਕਤੀ ਜਿਹਦੀ ਡੈਥ ਹੋਈ ਹੈਗੀ ਜੀ, ਉਹ ਵਿਅਕਤੀ ਕੀ ਕੰਮ ਕਾਰੋਬਾਰ ਕਰਦਾ ਸੀ? ਉਹਦੀ ਉੱਥੇ ਦੁਕਾਨ ਸੀ ਫਰਿੱਜ ਅਤੇ ਏਸੀਆਂ ਦੀ ਰਿਪੇਅਰ ਦੀ, ਫਿਨਾਲ ਕਲਾਂ ਦੀ। ਕਿੱਥੇ ਦੇ ਰਹਿਣ ਵਾਲੇ ਜੀ ਬੰਦਾ? ਇਹ ਪੱਟੀ ਵਾਲ ਪਿੰਡ ਹੈ, ਨਾਲ ਹੀ ਥਾਣਾ ਭਵਾਨੀਗੜ੍ਹ 'ਚ ਪੈਂਦਾ, ਉੱਥੋਂ ਦਾ ਰਹਿਣ ਵਾਲਾ। ਜਿਹਨੇ ਮਰਡਰ ਕੀਤਾ ਜੀ, ਇਹ ਵਿਅਕਤੀ ਕਿੱਥੇ ਰਹਿੰਦਾ? ਇਹ ਪਿੰਡ ਦਾ ਹੀ ਆ, ਉਸੇ ਪਿੰਡ ਦਾ, ਫਿਨਾਲ ਕਲਾਂ ਦਾ ਹੀ। ਹਾਂਜੀ, ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ? ਅਸੀਂ ਬਸ ਬਿਆਨ ਲਿਖ ਕੇ ਬਣਦੀ ਕਾਰਵਾਈ ਕਰਾਂਗੇ ਜੀ, ਐਫ ਆਈ ਆਰ ਲੌਜ ਕਰਕੇ ਅਤੇ ਜਲਦੀ ਉਹਦੀ ਅਰੈਸਟ ਪਾ ਦਾਂਗੇ ਜੀ।